ਇਹ ਕੰਮ ਜੀ ਊਂ ਇਹਦਾ ਨਾ ਤਾਂ ਨੋ ਪ੍ਰੋਫਿਟ ਅਤੇ ਨੋ ਲੈਸ ਹੀ ਹੈ ਜੀ। ਜਿਹੜੇ ਆ ਕਿਸਾਨ ਗੱਪ ਮਾਰਦੇ ਨਾ, ਨਾ ਮਾਰਕੀਟ ਨਾ ਹੋਣ ਕਾਰਨ ਅਸੀਂ ਖਤਰੇ ਦੇ ਘੁੱਗੂ 'ਚ। ਆਪਾਂ ਵਿੱਚ ਲੋਕ ਕਹਿਣਗੇ ਮੇਰਾ 15 ਲੱਖ ਦਾ ਬੱਕਰਾ ਹੈ, ਵਿੱਚ ਕਹੂੰ ਮੇਰੇ ਕੋਲ 9 ਲੀਟਰ ਦੁੱਧ ਹੈ। ਕਿਸੇ ਚੈਂਪੀਅਨ 'ਤੇ ਕੋਈ 15 ਲੱਖ ਦਾ ਬੱਕਰਾ ਨਹੀਂ ਹੈ ਅਤੇ ਨੌ ਲੀਟਰ ਦੁੱਧ ਕੱਢਿਆ। ਹੁਣ 1.5 ਸਾਲ ਹੋ ਗਿਆ ਬੱਕਰਾ ਪਾਲੇ ਨੂੰ ਜੀ, ਅੱਜ ਉਹਦਾ 13,000 ਰੁਪਈਆ ਲੱਗਦਾ ਨਹੀਂ ਜੀ। ਸਤਿ ਸ਼੍ਰੀ ਅਕਾਲ ਜੀ, ਫਾਰਮਿੰਗ ਬਾਬਾ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਜਿਹੜੇ ਵੀਰ ਸਾਡੇ ਚੈਨਲ 'ਤੇ ਪਹਿਲੀ ਵਾਰ ਆਏ ਨੇ, ਉਹ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਹਰ ਜ਼ਰੂਰੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ। ਅੱਜ ਦੀ ਇਹ ਜਾਣਕਾਰੀ ਇੱਕ ਅਜਿਹੇ ਬਜ਼ੁਰਗ ਵੱਲੋਂ ਦਿੱਤੀ ਗਈ ਹੈ ਜੋ ਕਿ ਕਾਫੀ ਲੰਬੇ ਸਮੇਂ ਤੋਂ ਬੱਕਰੀ ਪਾਲਣ ਦਾ ਕੰਮ ਕਰਦਾ ਆ ਰਿਹਾ ਹੈ। ਬਜ਼ੁਰਗ ਵੱਲੋਂ ਬੱਕਰੀ ਪਾਲਣ ਦੇ ਕੰਮ ਨੂੰ ਲੈ ਕੇ ਕਈ ਖੁਲਾਸੇ ਕੀਤੇ ਗਏ। ਕਿਸਾਨ ਨੇ ਦੱਸਿਆ ਕਿ ਕੁਝ ਲੋਕ ਇਸ ਕੰਮ ਨੂੰ ਲੈ ਕੇ ਵੱਡੀਆਂ ਗੱਪਾਂ ਮਾਰਦੇ ਹਨ ਕਿ ਉਹ ਇਸ ਕੰਮ ਤੋਂ ਬਹੁਤ ਪੈਸੇ ਕਮਾ ਰਹੇ ਹਨ, ਪਰ ਅਸਲ ਵਿੱਚ ਇਹ ਕੰਮ ਨਾ ਜ਼ਿਆਦਾ ਫਾਇਦੇ 'ਚ ਅਤੇ ਨਾ ਹੀ ਜ਼ਿਆਦਾ ਨੁਕਸਾਨ 'ਚ ਹੈ। ਉਸ ਨੂੰ 1.5 ਸਾਲ ਹੋ ਗਿਆ ਇੱਕ ਬੱਕਰੇ ਪਾਲਦੇ ਨੂੰ ਅਤੇ ਅੱਜ ਉਸ ਦਾ 13,000 ਰੁਪਇਆ ਲੱਗ ਨਹੀਂ ਰਿਹਾ। ਅਜਿਹਾ ਉਸ ਬਜ਼ੁਰਗ ਵੱਲੋਂ ਕਿਉਂ ਕਿਹਾ ਗਿਆ, ਉਹ ਤੁਸੀਂ ਵੀ ਸੁਣੋ। ਮੈਂ ਹਾਕਮ ਸਿੰਘ ਝਨੀਰ ਤੋਂ, ਬੱਕਰੀਆਂ ਬਸ ਬੱਕਰੀਆਂ ਪਾਲਦੇ ਹਾਂ ਜੀ, 1.25 ਕਿੱਲਾ ਵਾਹੀ ਕਰਦੇ ਹਾਂ। ਬੱਕਰੀ ਪਾਲਣ ਨੂੰ 3 ਸਾਲ ਹੋ ਗਏ ਜੀ। ਇਹ ਕੰਮ ਜੀ ਊਂ ਇਹਦਾ ਨਾ ਤਾਂ ਨੋ ਪ੍ਰੋਫਿਟ ਅਤੇ ਨੋ ਲੈਸ ਹੀ ਹੈ ਜੀ। ਜਿਹੜੇ ਆ ਕਿਸਾਨ ਗੱਪ ਮਾਰਦੇ ਨਾ, ਨਾ ਮਾਰਕੀਟ ਨਾ ਹੋਣ ਕਾਰਨ ਅਸੀਂ ਖਤਰੇ ਦੇ ਘੁੱਗੂ 'ਚ। ਆਪਾਂ ਵਿੱਚ ਲੋਕ ਕਹਿਣਗੇ ਮੇਰਾ 15 ਲੱਖ ਦਾ ਬੱਕਰਾ ਹੈ, ਵਿੱਚ ਕਹੂੰ ਮੇਰੇ ਕੋਲ 9 ਲੀਟਰ ਦੁੱਧ ਹੈ। ਕਿਸੇ ਚੈਂਪੀਅਨ 'ਤੇ ਕੋਈ 15 ਲੱਖ ਦਾ ਬੱਕਰਾ ਨਹੀਂ ਹੈ ਅਤੇ ਨੌ ਲੀਟਰ ਦੁੱਧ ਕੱਢਿਆ। ਕਿਤੇ ਵੀ ਚੈਂਪੀਅਨ 'ਤੇ ਕੋਈ ਜੇ ਕੋਈ ਹੈ ਸਾਨੂੰ ਦੱਸ ਦੇਣ, ਅਸੀਂ ਉਸ ਦੀ ਇੰਤਜ਼ਾਰ ਕਰਾਂਗੇ, ਅਸੀਂ ਉਹਨੂੰ ਵਧਾਈ ਵੀ ਦੇਵਾਂਗੇ। ਇਸ ਤਰ੍ਹਾਂ ਜੀ ਵਿੱਚ ਉਹ ਫੁਕਰੇ ਲੋਕ ਗੱਪ ਮਾਰੀ ਜਾਣਗੇ ਜੀ ਸਾਡੇ, ਉਹ ਹੈ ਬਾਹ ਇਸੇ ਕਰਕੇ ਗਰੀਬ ਮਾੜੇ ਲੋਕਾਂ ਦੀ ਲੁੱਟ ਹੁੰਦੀ ਹੈ। ਲੁੱਟ ਖਾ ਇਸ ਤਰ੍ਹਾਂ ਦੀ, ਜਦੋਂ ਹੁਣ ਰੇਟ ਵੱਧਤਾ ਅਸੀਂ ਨੈੱਟਾਂ 'ਤੇ ਸਾਰੇ ਮੋਬਾਈਲਾਂ 'ਤੇ ਉਹ ਦੇਖਦੇ ਹਾਂ, ਉਹਦੀ ਹਵਾ 'ਚ ਆ ਕੇ ਵੀ ਸਾਨੂੰ ਐਂ ਤਾਂ ਖਬਰ ਕਿੰਨਾ ਕਮਾਈ ਹੈ। ਉੱਥੇ ਲੁੱਟ ਵੀ ਇਸ ਕਰਕੇ ਹੁੰਦੀ ਹੈ ਜੀ। ਮੈਨੂੰ 3 ਸਾਲ ਹੋ ਗਏ ਜੀ, ਮੈਨੂੰ ਜੀ ਵਾਹਵਾ ਜਾ ਕੋਈ ਐਡਾ ਕੋਈ ਖਾਸ ਉਹ ਨਹੀਂ ਹੈਗਾ ਜੀ। ਹੁਣ 1.5 ਸਾਲ ਹੋ ਗਿਆ ਬੱਕਰਾ ਪਾਲੇ ਨੂੰ ਜੀ, ਅੱਜ ਉਹਦਾ 13,000 ਰੁਪਇਆ ਲੱਗਦਾ ਨਹੀਂ ਜੀ, ਵੀ ਜਾਣੀ ਕਿ 1,000 ਰੁਪਇਆ ਮਹੀਨੇ ਦੀ ਕਮਾਈ ਉਹਦੀ ਹੈ ਹੀ ਨਹੀਂ। ਆਹ ਖੜਾ ਜੀ ਲਾਲ, ਆਹ ਖੜਾ ਜੀ 1.5 ਸਾਲ ਦਾ ਬੱਕਰਾ, ਇਹ ਬੀਟਲ ਨਸਲ ਹੈ ਜੀ। ਇਹਦੀ ਕੁਆਲਿਟੀ ਬਸ ਇਹਦਾ ਵਜਨ 'ਚ ਹੀ ਜਾਣਾ ਜੀ। ਇਹਦੇ ਕੰਨ ਵੱਡਾ ਹੁੰਦਾ ਜੀ, ਇਹ ਜ਼ਿਆਦਾ ਕਰਕੇ ਲਾਲ ਅਤੇ ਕਾਲੇ ਰੰਗ 'ਚ ਹੀ ਹੁੰਦੇ ਨੇ। ਇਹ ਪਾਲੇ ਨੂੰ ਹੋ ਗਏ ਜੀ 18 ਮਹੀਨੇ, ਰੇਟ ਇਹਦਾ 13,000 ਅਤੇ 14,000 ਤੋਂ ਵੱਧ ਲੱਗ ਹੀ ਨਹੀਂ ਰਿਹਾ ਜੀ। ਅਤੇ 1,000 ਰੁਪਇਆ ਮਹੀਨੇ ਜੇ ਉਨੀ ਕਿੰਨੇ ਖਾਂਦੇ, ਸਾਡੀ ਦਿਹਾੜੀ ਵੀ ਨਹੀਂ ਬਣਦੀ। ਬਾਬਾ ਕਿਤੇ ਲੱਗਿਆ ਬਾਈ, ਖੇਤੀ ਵਾਲਾ ਧੰਦਾ ਜਾਂ ਕੋਈ ਇਹਦੇ ਵਿੱਚ 18 ਮਹੀਨੇ ਜੀ ਦੇਖ ਲਓ ਕਿੰਨੀ ਕਮਾਈ ਹੈ, ਤੁਹਾਨੂੰ ਆਪ ਨੂੰ ਦਿੰਦੀ ਹੈ। ਬੱਕਰੀ ਪਾਲ ਲਈ ਸਾਡੇ ਕੋਲ ਛੋਟਾ ਪਰਿਵਾਰ ਸੀਗੇ, ਮੈਂ ਅਤੇ ਮੇਰੀ ਮਾਂ ਹੀ ਹਾਂ, 2 ਜਣੇ ਹੈ, ਵੀ ਘੱਟ ਦੁੱਧ ਨਾਲ ਸਾਨੂੰ ਘੱਟ ਖਰਚੇ ਨਾਲ ਇਸ ਕਰਕੇ ਪਾਲੀ ਸੀ। 10 ਬੱਕਰੀਆਂ 'ਚੋਂ ਜੀ ਵੱਧ ਤੋਂ ਵੱਧ 60,000 ਰੁਪਈਏ ਤੋਂ ਵੱਧ ਕਿਸੇ ਨੂੰ ਨਹੀਂ ਬਚਦਾ। ਜੇ ਹੁਣ ਕੋਈ ਵਪਾਰਕ ਧੰਦਾ ਕਰਦਾ ਉਹਦਾ ਕਿੰਨੇ ਮਰਜ਼ੀ ਬਾਰੇ, 6,000 ਰੁਪਇਆ ਬੱਕਰੀ ਛੱਡਦੀ ਨਹੀਂ ਚੱਲਦਾ। ਅਸਲ ਕੀਮਤ ਦਾ ਜੀ ਇਹਦਾ ਕੋਈ ਪਤਾ ਨਹੀਂ ਲੱਗ ਰਿਹਾ ਜੀ। ਜੇ ਇਹਦੇ ਬਾਰੇ ਸਾਨੂੰ ਇੰਨਾ ਕੁ ਪਤਾ ਲੱਗੇ, ਸਾਨੂੰ ਕੋਈ ਕੀਮਤਾਂ ਦਾ ਪਤਾ ਹੀ ਨਹੀਂ ਜੀ। ਨੋਰਮਲ ਦਾ ਜੀ 3,000-3,500 ਤੋਂ ਚੱਲਦਾ ਛੋਟਾ, 2 ਮਹੀਨਿਆਂ ਦਾ 1.5 ਦਾ, ਅਤੇ ਗਾਹਾਂ ਉਹਦੇ ਹਿਸਾਬ ਨਾਲ ਹੈ ਜੀ। ਵੱਡੀ ਬੱਕਰੀ ਮਿਲ ਜਾਂਦੀ ਹੈ ਸਾਨੂੰ 20 ਤੋਂ 22, 18-20 ਤੱਕ ਇੰਨੇ ਕੁ। ਸਾਡੇ ਕੋਲ ਗੁਲਾਬੀ ਨਾ ਅਸੀਂ ਦੇਖਿਆ, ਐਵੇਂ ਤੁਹਾਨੂੰ ਗੱਪ ਮਾਰੀ ਦੇਖਿਆ ਵੀ ਹੈ ਨਹੀਂ, ਅਤੇ ਹੁਣ ਚੈਨਲਾਂ 'ਤੇ ਦੇਖੀ ਜਾਂਦੇ ਹਾਂ। ਬਈ ਕਹਿੰਦੇ ਪਾਕਿਸਤਾਨ ਦੀ ਨਸਲ ਆ, ਕੋਈ ਕਹਿੰਦਾ ਇਹ ਬਾਹਰ ਦੀ ਨਸਲ ਆ ਜੀ, ਜੋ ਬਾਹਰ ਦੀ ਨਸਲ ਆ ਹੀ ਦੇਖਾਂ ਕਿੱਥੋਂ। ਇਹਦੇ ਬਾਰੇ ਜੀ ਸਾਨੂੰ ਵਪਾਰਕ ਜਾਂ ਵੱਡੇ ਵਪਾਰੀਆਂ ਨੂੰ ਪਤਾ, ਸਾਨੂੰ ਛੋਟਿਆਂ ਨੂੰ ਨਹੀਂ ਪਤਾ। ਜਿਹੜੇ ਬੱਕਰੀ ਪਾਲਕ ਹੈ ਸਾਨੂੰ ਇਹਦੇ ਬਾਰੇ ਨਹੀਂ ਪਤਾ, ਜਿਹੜੇ ਵੱਡੇ ਵਪਾਰੀ ਨੇ ਹਾਈ ਲੈਵਲ ਦੇ ਉਹਨਾਂ ਨੂੰ ਪਤਾ, ਸਾਨੂੰ ਇਹਦੇ ਬਾਰੇ ਪਤਾ ਨਹੀਂ। ਇਹਦੇ ਨਾਲ ਸਹਾਇਕ ਧੰਦਾ ਇੰਨਾ ਹੈਗਾ ਜੀ, ਜੇ ਫਸਲ ਮਰ ਜੇ 2-4 ਰੁਪਏ ਬਾਹਲਾ ਤਾਂ ਹੈ ਨਹੀਂ, ਟਾਈਮ ਜਾਂ ਚਾਹ ਘੁੜਾ ਜਾਂਦਾ, ਟਾਈਮ ਪਾਸ ਹੋ ਜਾਂਦਾ। ਇਹਦੀ ਮਾਰਕੀਟਿੰਗ ਜਿਹੜੀ ਮਾਰਕੀਟਿੰਗ ਨਹੀਂ ਹੈਗੀ ਵੀ ਆਹ ਲੋਕਲ ਹੈ, ਇਸੇ ਕਰਕੇ ਸਾਨੂੰ ਕੋਈ ਕਮਾਈ ਨਹੀਂ। ਨਾ ਸੰਭਾਲ ਨੀਰਾ ਪਾਉਣੇ ਗੁਮਾਰੇ ਦਾ, ਮੂੰਗਫਲੀ ਦਾ ਵੀ, ਦਵਾਈ ਵੀ ਆਪ ਦਿੰਦੇ ਹਾਂ। ਬੱਚਿਆਂ ਨੂੰ ਕਹਿੰਦਾ ਰੇਟ ਹੀ ਨਹੀਂ ਮਿਲ ਰਿਹਾ ਜੀ, ਜਿੰਨੀ ਸਾਡੀ ਮਿਹਨਤ ਦਾ ਖਰਚਾ ਖਾਂਦੇ ਨੇ, ਫੀਡ ਖਾਂਦੇ ਆ,
ਕੋਈ ਵੀ ਯੂਨੀਵਰਸਿਟੀ ਕੋਈ ਵੀ ਅੰਕੜਾ ਕੱਢ ਕੇ ਦੇਖ ਲਏ ਵੀ ਜੇ ਇਹ ਬਚਾਉਂਦੀ ਹੈ 5,000 ਤੋਂ ਵੱਧ, ਇੱਥੇ ਲੱਖ ਲੱਖ ਰੁਪਈਆ ਮੈਂ ਗੱਪ ਮਰੀ ਜਾਂਦੇ। ਇੱਕ ਬੱਕਰੀ ਇੱਕ ਸਾਲ ਦਾ 5,000 ਰੁਪਏ ਤੋਂ ਵੱਧ ਨਹੀਂ ਕਮਾਉਂਦੀ। ਗਮਰਾਜ ਜੀ ਗੱਪਾਂ 'ਚ ਫਾਇਦਾ ਜੀ ਇਹਨਾਂ ਨੂੰ, ਜਿਹੜੇ ਤਕੜੇ ਬੰਦੇ ਨੇ। ਉਹ ਫਿਰ ਮੈਂ ਜਦੋਂ ਅਫਵਾਹ ਠਾਤੀ ਵੀ ਹਜੇ ਉਹ ਮੈਂ ਇਹੋ ਜਿਹਾ ਆਪਦੀਆਂ ਮਹਿੰਗੀਆਂ ਵੇਚ ਜਾਂਦੇ ਨੇ, ਜਾਣ ਨੂੰ ਕੋਈ ਪਤਾ ਨਹੀਂ ਲੱਗਦਾ। ਇਹ ਦੇਖੋ ਉਹ ਐਂ ਫੋਕਰੇ ਹਾਂ ਜੀ ਅਸੀਂ, ਜੇ ਫੋਕਰੇ ਨਾ ਹੋਈਏ ਤਾਂ ਸਾਡੇ ਕੋਲ ਸਭ ਕੁਝ ਹੀ ਹੋਵੇ, ਇਕੱਲੀ ਪਾਰਟ ਬਾਈ ਹੈ ਜੀ। ਬੈਂਕਾਂ ਦੇ ਸਾਰੇ ਕਰਜ਼ਾ ਹੀ ਹੈ, ਹਰੇਕ ਕਹਿੰਦਾ ਵੀ ਮੇਰੇ ਕੋਲ 22 ਲੱਖ ਦੀ ਹੈ, ਕੁਛ ਨਹੀਂ ਹੈ। ਦਿੱਕਤਾਂ ਜੀ ਸਾਨੂੰ ਕੋਈ ਸਰਕਾਰੀ ਦਵਾਈ ਨਹੀਂ ਮਿਲਦੀ ਇਹਨਾਂ ਵਾਸਤੇ, ਜੋ ਡਾਕਟਰਾਂ ਕੋਲ ਜਾਂਦੇ ਹਾਂ ਕਹਿੰਦੇ ਦਵਾਈ ਤਾਂ ਹੈ ਨਹੀਂ। ਅਤੇ ਦੂਜੀ ਗੱਲ ਆ ਹੈ ਜੀ, ਜਦੋਂ ਵਗ ਜਾਂਦੇ ਹਾਂ ਜਿਹੜੇ ਪ੍ਰਾਈਵੇਟ ਡਾਕਟਰਾਂ ਕੋਲ ਫਸ ਜਾਂਦੇ ਹਾਂ, ਝੋਲਾ ਹੁੰਦਾ ਛੋਟਾ ਜਿਹਾ ਅਤੇ ਬੱਕਰੀ ਸਾਡੀ 5,000 ਹੁੰਦੀ ਆ, 300 ਲੈ ਜਾਂਦਾ ਇਲਾਜ ਦਾ, ਇਸ ਕਰਕੇ ਫੇਲ ਹੈ ਇਹ ਜੀ। ਅਸੀਂ ਹੁਣ ਜੇ ਕਈ ਵਾਰ PPR ਦਾ ਟੀਕਾ ਲਵਾਉਂਦੇ ਹਾਂ ਜੀ, 3 ਸਾਲ ਤੋਂ ਜੀ, ਅਤੇ 6 ਮਹੀਨੇ ਤੋਂ ਵੈਕਸੀਨ ਵੀ ਕਰਾਉਂਦੇ ਹਾਂ। ਅਤੇ ਜੇ ਮੋਗ ਲੱਗੀ ਵੀ ਹੈ ਜ਼ਿਆਦਾ ਕਰਕੇ ਨਾ, ਇਹ ਬੀ ਕੰਪਲੈਕਸ ਦੀ ਘਾਟ ਪੈਂਦੀ, ਬੈਰੀ ਬੈਂਟ ਦਾ ਟੀਕਾ ਲਾਉਂਦੇ ਹਾਂ, ਉਹਦੇ ਨਾਲ ਉਹਦੇ ਵਿਟਾਮਿਨ ਪੂਰੇ ਹੋ ਜਾਂਦੇ, ਇਸ ਕਰਕੇ ਮਰਦੀ ਨਹੀਂ, ਆਕੜ ਕੇ ਮਰਦੀਆਂ ਨਹੀਂ ਮਰਦੀ। ਅਤੇ ਅਸਲ ਦਾ ਮੋਟੇ ਪੈਸੇ ਲਾਉਣੇ ਹੀ ਨਹੀਂ ਚਾਹੀਦੇ ਜੀ, ਛੋਟੇ ਸਰਕਲ ਤੋਂ ਜੇ ਅਗਾਂਹ ਵਧਿਆ ਜਾਵੇ ਤਾਂ ਟੀਕਾ ਨਹੀਂ ਬੰਦ ਕਰ ਰਹੇ, ਕਿਉਂ ਵੱਡਾ ਜੇ ਕਰਜ਼ਾ ਲੈ ਚੱਕ ਲੈਂਦੇ ਹਾਂ ਫਿਰ ਉੱਥੇ ਫੇਲ ਹੋ ਜਾਂਦੇ ਜੀ, ਫਿਰ ਹੱਸਾ ਚੱਕਣਾ ਪੈਂਦਾ, ਉਹ ਤੋਂ ਕੋਈ ਇਲਾਜ ਨਹੀਂ। ਇਹ ਜੀ ਵੱਡੇ ਵਪਾਰੀਆਂ ਦਾ ਕੰਮ ਆ, ਸਾਡਾ ਕੋਈ ਨਹੀਂ, ਸਾਡਾ ਤਾਂ ਛੋਟੇ ਹੈ ਅਸੀਂ ਤਾਂ, ਸਾਡੇ ਤਾਂ ਸਾਲ 5-4 ਵੇਚਦੇ ਹਾਂ, 10-20 ਬੱਚੇ ਉਹਨਾਂ ਘੱਟ ਹੀ ਖਾ ਜਾਂਦੀਆਂ ਨੇ ਜੀ। ਹੁਣ ਜੀ ਅਸਲ ਕੀ 4,000 ਰੁਪਈਆ ਇੱਕ ਬੱਕਰੀ ਨੇ ਸਾਲ ਦੀ ਕਿਸਮਾਈ ਛੱਡਿਆ, ਅੱਜ ਮੇਰੇ ਕੋਲ ਤਾਂ ਕਿੰਨੇ ਖੜੇ ਨੇ ਨਾ, 4-10 ਬੱਕਰਿਆਂ ਵਾਲੇ ਨੇ ਖੜੇ, ਕੋਈ ਬੰਦਾ ਕਹਿੰਦੇ ਜੀ ਇਹਨਾਂ 'ਚ। ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਕਰੋ ਅਤੇ ਸ਼ੇਅਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ। ਜੇਕਰ ਤੁਸੀਂ ਕਿਸੇ ਵੀ ਵਿਸ਼ੇ 'ਤੇ ਜਾਣਕਾਰੀ ਚਾਹੁੰਦੇ ਹੋ, ਕੋਈ ਸੂਚਨਾ ਦੇਣਾ ਚਾਹੁੰਦੀ ਹੋ, ਤਾਂ ਨੀਚੇ ਕਮੈਂਟ ਬਾਕਸ ਵਿੱਚ ਆਪਣਾ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਧੰਨਵਾਦ।